ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਹੁਣ ਤੱਕ 9 ਲੱਖ ਪੌਂਡ ਤੋਂ ਵੱਧ ਇਕੱਠਾ ਹੋਇਆ ਖਾਲਸਾ ਏਡ ਕੋਲ ਪੰਜਾਬ ਦੇ ਹੜ੍ਹ ਪੀੜਤ ਪਿੰਡਾਂ ਦੇ ਲਈ ਫੰਡ। 9 ਲੱਖ ਪੌਂਡ ਇਸ ਵੇਲੇ ਖਾਲਸਾ ਏਡ ਕੋਲ ਫੰਡ ਇਕੱਠਾ ਹੋਇਆ। ਜ਼ਿੰਮੇਵਾਰੀ ਸਾਡੇ ਉੱਪਰ ਪਾਈ ਗਈ ਆ ਭਾਈ ਜਦੋਂ ਪੰਜਾਬ ਨੂੰ ਲੋੜ ਪਈ ਆ ਤਾਂ ਖਾਲਸਾ ਏਡ ਕਿੱਥੇ ਆ। ਹੁਣ ਤੁਹਾਨੂੰ ਦੱਸ ਦਿੱਤਾ ਭਾਈ ਖਾਲਸਾ ਏਡ ਡਟ ਕੇ ਤੁਹਾਨੂੰ ਖੜ੍ਹੇ ਆ, ਕਿਉਂਕਿ ਪੈਸਾ ਇਕੱਠਾ ਕਰਨਾ ਬਹੁਤ ਸੌਖਾ, ਚੰਗੀ ਤਰ੍ਹਾਂ ਖਰਚਣਾ ਬਹੁਤ ਔਖਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਅਕਸਰ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਸਵਾਲ ਉੱਠਦਾ ਹੈ ਕਿ ਖਾਲਸਾ ਏਡ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੁਨੀਆਂ ਦੇ ਵਿੱਚ ਹਰ ਥਾਂ ਦੇ ਉੱਤੇ ਸੇਵਾ ਕਰਦੀ ਹੈ, ਦਿਨ ਰਾਤ ਇੱਕ ਕਰਦੀ ਹੈ, ਮਦਦ ਮੁਹੱਈਆ ਕਰਵਾਉਂਦੀ ਹੈ, ਅਤੇ ਕਈ ਅਜਿਹੇ ਵੀ ਕੰਸਰਵ ਹੈ ਨੇ ਜੋ ਖਾਲਸਾ ਏਡ ਦੇ ਮੁਖੀ ਦੀ ਨੀਅਤ ਦੇ ਉੱਤੇ ਵੀ ਸਵਾਲ ਖੜ੍ਹੇ ਕਰਦੇ ਨੇ, ਜਿਨ੍ਹਾਂ ਨੂੰ ਇਹ ਸ਼ਰਮ ਤੱਕ ਨਹੀਂ ਆਉਂਦੀ ਕਿ 2000 ਤੋਂ ਲੈ ਕੇ ਹੁਣ ਤੱਕ ਖਾਲਸਾ ਏਡ ਨੇ ਸਿੱਖ ਕੌਮ ਦਾ ਕਿੰਨਾ ਨਾਮ ਰੌਸ਼ਨ ਕੀਤਾ ਹੈ, ਕਿੰਨੇ ਅਜਿਹੇ ਬੇਕਾਰ ਨੇ ਜਿਨ੍ਹਾਂ ਨੂੰ ਛੱਤ ਮੁਹੱਈਆ ਕਰਵਾਈ ਹੈ, ਕਿੰਨੇ ਅਜਿਹੇ ਲੋੜਵੰਦ ਨੇ ਜਿਨ੍ਹਾਂ ਨੂੰ ਹਰ ਉਹ ਸਹੂਲਤ ਇਸ ਸੰਸਥਾ ਨੇ ਮੁਹੱਈਆ ਕਰਵਾਈ ਹੈ ਜੋ ਸ਼ਾਇਦ ਦੁਨੀਆਂ ਦੇ ਵਿੱਚ ਕੋਈ ਕਰਵਾ ਹੀ ਨਹੀਂ ਸਕਦਾ। ਬਾਬੇ ਨਾਨਕ ਤੋਂ ਬਾਅਦ ਅਗਰ ਕਿਸੇ ਨੇ ਬਾਬੇ ਨਾਨਕ ਦਾ ਸਹੀ ਤਰੀਕੇ ਦੇ ਨਾਲ ਫਲਸਫਾ ਅੱਗੇ ਤੋਰਿਆ ਹੈ ਤਾਂ ਉਹ ਸਿਰਫ ਅਤੇ ਸਿਰਫ ਭਾਈ ਰਵੀ ਸਿੰਘ ਨੇ ਤੋਰਿਆ ਹੈ। ਪਰ ਅਕਸਰ ਕਿਹਾ ਜਾਂਦਾ ਹੈ ਕਿ ਚੰਗੇ ਕੰਮ ਕਰਨ ਵਾਲਿਆਂ ਦੇ ਉੱਤੇ ਮੰਦਿਆਂ ਦੀਆਂ ਨਜ਼ਰਾਂ ਬਹੁਤ ਜ਼ਿਆਦਾ ਰਹਿੰਦੀਆਂ ਨੇ, ਇਸ ਕਰਕੇ ਖਾਲਸਾ ਏਡ ਉੱਤੇ ਵੀ ਉਂਗਲੀਆਂ ਚੱਕਣ ਵਾਲੇ ਘੱਟ ਨਹੀਂ ਨੇ। ਤੇ ਜਿਹੜੇ ਕਹਿੰਦੇ ਨੇ ਕਿ ਖਾਲਸਾ ਏਡ ਕਿੱਦਾਂ ਕੰਮ ਕਰ ਰਹੀ ਹੈ ਜਾਂ ਹੜ੍ਹ ਪੀੜਤਾਂ ਵਾਸਤੇ ਪੰਜਾਬੀਆਂ ਲਈ ਕੀ ਕਰ ਰਹੀ ਹੈ, ਉਹਨਾਂ ਨੂੰ ਜਵਾਬ ਦਿੰਦੇ ਹਾਂ ਅਤੇ ਦਿਖਾਉਂਦੇ ਹਾਂ ਕਿ ਦੇਸ਼ ਵਿਦੇਸ਼ ਦੀ ਸੰਗਤ ਕਿੰਨਾ ਭਰੋਸਾ ਕਰਦੀ ਹੈ ਖਾਲਸਾ ਏਡ ਉੱਤੇ, ਅਤੇ ਹੁਣ ਤੱਕ ਕਿੰਨਾ ਫੰਡ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਇਕੱਠਾ ਹੋ ਚੁੱਕਿਆ ਹੈ ਅਤੇ ਕਿਸ ਤਰੀਕੇ ਦੇ ਨਾਲ ਅੱਗੇ ਕੰਮ ਕੀਤਾ ਜਾਏਗਾ। ਅਤੇ ਇਹ ਸਭ ਕੁਝ ਅਗਰ ਤੁਸੀਂ ਆਪ ਵੀ ਵੇਖਣਾ ਚਾਹੁੰਦੇ ਹੋ ਤਾਂ ਖਾਲਸਾ ਏਡ ਦੀ ਵੈਬਸਾਈਟ 'ਤੇ ਵੀ ਜਾ ਕੇ ਵੇਖ ਸਕਦੇ ਹੋ, ਤੁਹਾਡਾ ਮੂੰਹ ਆਪ ਬੰਦ ਹੋ ਜਾਵੇਗਾ। ਆਓ ਮਾਰਦਿਆਂ ਨਜ਼ਰ ਰਵੀ ਸਿੰਘ ਜੀ ਕੀ ਕਹਿ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਸੰਗਤ ਨੂੰ ਪਹਿਲਾਂ ਅਸੀਂ ਧੰਨਵਾਦੀ ਹਾਂ ਭਾਈ, ਤੁਸੀਂ ਸਾਨੂੰ ਹਰ ਵਾਰੀ ਖਾਲਸਾ ਨੂੰ ਸਪੋਰਟ ਕਰਦੇ ਹਾਂ ਜਿੱਥੇ ਵੀ, ਹੁਣ 20 ਸਾਲ ਹੋ ਗਏ ਆ, ਜਿੱਥੇ ਵੀ ਲੋੜ ਪੈਂਦੀ ਸਾਡੇ ਨਾਲ ਖੜ੍ਹੇ ਹਾਂ। ਅੱਜ ਤੁਹਾਨੂੰ ਅਸੀਂ, ਮੈਂ ਪਹਿਲਾਂ ਵੀ ਤੁਹਾਨੂੰ ਪ੍ਰੋਮਿਸ ਕੀਤਾ ਸੀ, ਵਾਅਦਾ ਕੀਤਾ ਸੀਗਾ ਭਾਈ ਪੰਜਾਬ ਲਈ ਅਸੀਂ ਜੋ ਕੰਮ ਕਰ ਰਹੇ ਹਾਂ ਅਸੀਂ ਖੁੱਲ੍ਹੇ ਤੌਰ 'ਤੇ ਤੁਹਾਨੂੰ ਦੱਸਾਂਗੇ ਕਿੰਨੀ ਮਾਇਆ ਆ ਰਹੀ ਆ, ਜਿਹੜੀ ਮਾਇਆ ਸੰਗਤ ਵੱਲੋਂ ਇਸ ਵੇਲੇ ਸਾਡਾ ਟੋਟਲ ਕਿੰਨਾ ਪੰਜਾਬ ਹੜ੍ਹਾਂ ਲਈ। ਇਹ ਬਹੁਤ ਜ਼ਰੂਰੀ ਆ ਕਿਉਂਕਿ ਇੱਦਾਂ ਦੇ ਜਦੋਂ ਹਾਦਸੇ ਆਉਂਦੇ ਆ, ਜੋ ਅਪੀਲਾਂ ਹੁੰਦੀਆਂ, ਲੱਖਾਂ ਤੋਂ ਲੱਖ ਡੋਨੇਸ਼ਨ ਆਉਂਦੇ, ਤਾਂ ਜੇ ਕਹਿ ਲਓ 3-4 ਲੱਖ 5 ਲੱਖ ਵੀ ਆ ਗਿਆ ਤਾਂ ਉਹਦੇ ਵਿੱਚੋਂ ਅਸੀਂ ਜੇ 2-3 ਮਹੀਨੇ 50,000 ਪਾਉਂਡ ਖਰਚ ਦਿੱਤਾ ਪੰਜਾਬ 'ਚ, 50 ਲੱਖ ਤੁਹਾਨੂੰ ਫੋਟੋ ਵੀਡੀਓ ਦਿਖਾਲੇ ਗਏ, ਸਾਰਾ ਖਰਚਾ ਹੋ ਗਿਆ, ਫਿਕਰ ਨਾ ਕਰੋ, ਅਸੀਂ ਕਰਤਾ ਖਰਚਾ, ਬਾਕੀ ਪੈਸੇ ਅਸੀਂ ਜਮ੍ਹਾਂ ਕਰਾ ਲਏ ਬੈਂਕ ਦੇ ਵਿੱਚ 4.5 ਲੱਖ। ਅਸੀਂ ਇੱਦਾਂ ਹੀ ਕਰਨੀ ਚਾਹੁੰਦੇ ਕਿਉਂਕਿ ਪੰਜਾਬ ਲਈ ਜੋ 20 ਸਾਲ ਬਾਅਦ ਸਾਨੂੰ ਇਹ ਸੇਵਾ ਮਿਲੀ ਆ ਪੰਜਾਬ ਲਈ, ਇੰਨੀ ਵੱਡੀ ਸੇਵਾ, ਉਹ ਅਸੀਂ ਤੁਹਾਡੇ ਯਕੀਨ ਨਾਲ, ਤੁਹਾਡੇ ਪਿਆਰ ਨਾਲ ਅਸੀਂ ਆਪਣੇ ਪੰਜਾਬ ਲਈ, ਆਪਣੇ ਪੰਜਾਬੀਆਂ ਲਈ ਖੁੱਲ੍ਹੀ ਰਨ ਦੱਸਣਾ ਚਾਹੁੰਦੇ ਭਾਈ ਜਿਹੜਾ ਕਿੰਨਾ ਪੈਸਾ ਇਕੱਠਾ ਹੋਇਆ। ਹੁਣ ਮੈਂ ਤੁਹਾਨੂੰ ਦੱਸਦਾ ਕਿੰਨਾ ਪੈਸਾ ਇਕੱਠਾ ਹੋਇਆ, ਅਤੇ ਸੌਰੀ ਮਾੜੀ ਜਿਹਾ ਮੈਂ ਥੱਕਾ ਪਿਆ ਹਾਂ ਵੀ ਕੱਲ੍ਹ ਸਵੇਰੇ ਉਤਰੇ ਅਸੀਂ ਇੱਥੋਂ ਕਨੇਡਾ ਤੋਂ, ਅਤੇ 2-3 ਦਿਨ ਸੌਰੀ ਅਮੈਰੀਕਾ ਤੋਂ, ਅਤੇ ਕਾਫੀ ਥਕਾਵਟ ਆ। ਸੋ ਜਿਹੜਾ ਸਾਡਾ, ਮੈਂ ਜਿਹੜੀ ਲਿੰਕ ਪਾਈ ਆ ਉੱਪਰ ਨਾ ਇਹਦੇ ਵਿੱਚ ਪੋਸਟ ਦੇ ਵਿੱਚ, ਉਹ ਹੈਗੀ ਆ ਵਰਜਿਨ ਔਨਲਾਈਨ। ਇਹ ਜਿਹੜੀ ਦੁਨੀਆ 'ਚ ਸੰਗਤ ਡੋਨੇਸ਼ਨ ਕਰਨਾ ਚਾਹੁੰਦੀ ਆ ਉਹ ਕਰ ਰਹੇ ਆ, ਉਹਦੇ ਵਿੱਚ
ਤਕਰੀਬਨ ਕਹਿ ਲਓ 5,10,000 ਪੌਂਡ ਇਕੱਠਾ ਹੋ ਗਿਆ ਇਹਦੀ ਲਿੰਕ ਦੇ ਵਿੱਚ। ਉਹ ਤੁਸੀਂ ਸਾਰੀ ਦੁਨੀਆ ਦੇਖ ਸਕਦੀ, ਤਾਂ ਹੀ ਅਸੀਂ ਲਿੰਕ ਪਾਈ ਸੀਗੀ ਵੀ ਜੇ ਸਾਨੂੰ ਪੁੱਛੀਏ ਤੁਸੀਂ ਪੁੱਛਿਓ ਕਿੰਨਾ ਪੈਸਾ ਆ ਰਿਹਾ, ਤੁਹਾਨੂੰ ਸਾਰਾ ਖੁੱਲ੍ਹੀ ਤਰ੍ਹਾਂ ਦਿਖਾਵਾਂਗੇ। ਕੱਲ੍ਹ ਅਸੀਂ ਮੇਰੇ ਕੋਲ ਅਸੀਂ ਸੰਸਦ ਆਈ ਵੀ ਲਿੰਕ ਪਾ ਕੇ ਦਿਖਾ ਰਹੇ ਹਾਂ। ਇੱਕ ਦੂਜੇ ਦਿਨ ਤੋਂ ਸ਼ੁਰੂ ਹੋ ਗਈ ਸੀ ਲਿੰਕ ਇਹ ਹੜ੍ਹਾਂ ਤੋਂ, ਕਿਉਂਕਿ ਜੇ ਹੁਣ ਅਸੀਂ ਲਿੰਕ ਪਾਈਏ ਅਤੇ ਤੁਸੀਂ ਪਹਿਲਾਂ ਸਾਡੇ ਬੈਂਕ 'ਚ ਪੈਸੇ ਪਾ ਦਿੱਤੇ ਅਤੇ ਲਿੰਕ 'ਚ ਘੱਟ ਦਿਸੂਗੇ, ਫਿਰ ਸ਼ਾਇਦ ਤੁਸੀਂ ਸੋਚੋਗੇ ਵੀ 40-50 ਹਜ਼ਾਰ ਇਕੱਠਾ ਹੋਇਆ, ਪਰ ਐਕਚੁਅਲੀ 5,10,000 ਪਾਉਂਡ ਇੱਕ ਇਕੱਲੀ ਲਿੰਕ 'ਤੇ ਇਕੱਠਾ ਹੋਇਆ। 1,50,000 ਜਿਹੜਾ ਅਸੀਂ ਆਪਣੇ ਖਾਲਸਾ ਡੇ ਸੰਸਥਾ ਤੋਂ ਪਹਿਲੇ ਦਿਨ 'ਤੇ ਕਹਿਤਾ ਸੀਗਾ ਖਾਲਸਾ ਡੇ ਵੱਲੋਂ ਵੀ ਜਿੰਨਾ ਮਰਜ਼ੀ ਪੈਸਾ ਇਕੱਠਾ ਹੋਵੇ 1,50,000 ਪਾਉਂਡ ਆਪਣੇ ਵੱਲੋਂ ਅਸੀਂ ਦੇਵਾਂਗੇ, ਪੰਜਾਬ ਦੇ ਹੜ੍ਹਾਂ ਲਈ ਲਾਵਾਂਗੇ ਉੱਥੇ ਜਾ ਕੇ। ਸੋ ਇਹ ਹੋ ਗਿਆ ਕਹਿ ਲਓ ਤਕਰੀਬਨ 6,00,000 ਸਾਢੇ 6,00,000 ਹੋ ਗਿਆ। ਉਹਦੇ ਉੱਪਰੋਂ $2,50,000 ਖਾਲਸਾ ਡੇ ਕਨੇਡਾ ਵੱਲੋਂ ਗਰੰਟੀ ਦਿੱਤੀ ਗਈ ਆ। ਕਾਫੀ ਸੰਗਤਾਂ ਨੇ ਕਨੇਡਾ ਵੱਲੋਂ ਪਿਆਰ ਨਾਲ ਸਾਨੂੰ ਕਾਫੀ ਸਪੋਰਟ ਕਰ ਰਹੇ ਆ ਗੁਰਦੁਆਰੇ ਇੰਡੀਵਿਜੁਅਲ ਲੈਵਲ 'ਤੇ ਵੀ। ਉਹ ਹੋ ਗਿਆ ਰਫਲੀ ਅਰਾਊਂਡ 1,25,00,000 ਪਾਉਂਡ ਹੋ ਗਿਆ ਕਹਿ ਲਓ। ਉੱਧਰੋਂ ਅਮਰੀਕਾ ਤੋਂ ਮੇਰੇ ਖਿਆਲ $1,00,000 ਇਕੱਠਾ ਹੋ ਜਾਣਾ, ਪਹਿਲਾਂ ਅਸੀਂ ਸਮਝਦੇ ਸ਼ਾਇਦ 50,000-60,000, ਚਲੋ 1,00,000 ਕਹਿ ਲਓ। ਤਾਂ ਜੇ ਥੋੜ੍ਹਾ ਵੇਲਾ ਘੱਟ ਵੀ ਹੋ ਗਿਆ 10-20,000 ਤੁਹਾਨੂੰ ਦੱਸ ਦੇਵਾਂਗੇ, ਮੈਂ ਅੰਦਾਜ਼ਾ ਲਾਇਆ ਇਸ ਵੇਲੇ ਅਤੇ $1,00,000 ਮੈਂ ਕਹਿ ਸਕਦਾ, ਪਰ ਉਹੀ ਮੈਂ ਕਹਿੰਦਾ ਵੀ ਗਲਤੀ ਵੀ ਹੋ ਸਕਦੀ 20-30 ਹਜ਼ਾਰ ਡੋਲਰ ਦੀ, ਉਹ ਤੁਹਾਨੂੰ ਦੱਸ ਦੇਵਾਂਗੇ 6-7 ਹੋਊਗਾ, ਮੈਂ 1,00,000 ਕਹਿੰਦਾ ਇਸ ਵੇਲੇ। ਅਤੇ ਆਸਟ੍ਰੇਲੀਆ ਤੋਂ ਵੀ ਸਾਨੂੰ ਮਦਦ ਆ ਰਹੀ ਆ, 15-20,000 ਪਾਉਂਡ ਹੋ ਗਏ, ਅਤੇ ਸ਼ਾਇਦ ਹੋਰ ਵੀ ਚੈੱਕ ਆ ਰਹੇ ਹੋਣੇ ਆ, ਹੋਰ ਵੀ ਮਾਇਆ ਆ ਰਹੀ ਆ। ਸੋ ਇਹ ਘੱਟ ਤੋਂ ਘੱਟ ਫਿਗਰ ਆ, ਕਿਉਂਕਿ ਮੈਂ ਕਾਫੀ ਟਰਾਈ ਕੀਤੀ ਆ ਫਿਗਰ ਲਿਆਉਣ ਦੀ, ਪਰ ਹੁਣ ਉੱਥੇ ਉੱਥੇ ਲੇਟ ਵੀ ਆ। ਸ਼ਾਇਦ ਇਹ ਜਿਹੜਾ 15-20,000 ਪਾਉਂਡ ਹੈ, ਸ਼ਾਇਦ ਇਹ 40-50 ਵੀ ਹੋ ਸਕਦਾ। ਅਤੇ ਬਾਕੀ ਜਿੱਦਾਂ ਕਹਿ ਲਓ ਸਾਡੇ ਔਨਲਾਈਨ 'ਤੇ ਕਈ ਸੰਘ ਨੇ ਪੈਸੇ ਪਾਏ ਆ ਭਈ ਇਹ ਫਲੱਡ ਲਈ ਆ, ਹੜ੍ਹ ਲਈ ਆ। ਅੱਜ ਕਿਸੇ ਦਾ ਚੈੱਕ ਆਇਆ ਸਾਨੂੰ 5,000 ਪਾਉਂਡ ਭਈ ਹੜ੍ਹ ਲਈ ਆ, ਘੱਟ ਤੋਂ ਘੱਟ 15,000 ਹੋ ਗਿਆ, ਉਹ 15 ਤੋਂ ਸ਼ਾਇਦ ਜ਼ਿਆਦਾ ਵੀ ਹੋਊਗਾ ਉਹ 15-15। ਇਹਦਾ ਮਤਲਬ 9,00,000 ਪਾਉਂਡ ਉੱਧਰੋਂ ਯੂਰਪ ਤੋਂ ਰਹਿਣ ਬਾਅਦ 6-6,500 ਪਾਉਂਡ ਆ ਗਿਆ। ਤੋ ਮੈਂ ਲਿਖ ਦਿੱਤਾ ਇੱਥੇ 10,000 ਪਾਉਂਡ ਯੂਰਪ ਤੋਂ, ਜੇ ਤੁਸੀਂ ਯੂਰਪ ਤੋਂ ਸੁਣਦੇ ਆ ਸਾਡੀ ਡੋਨੇਸ਼ਨ ਲਿੰਕ 'ਤੇ ਤੁਸੀਂ ਯੂਰਪ ਆ ਸਕਦੇ। ਸੋ ਇਸ ਵੇਲੇ ਘੱਟ ਤੋਂ ਘੱਟ ਪੰਜਾਬ ਹੜ੍ਹਾਂ ਲਈ 9,10,000 ਪਾਉਂਡ, 9,00,000 ਕਹਿ ਲਓ, 9,00,000 ਪਾਉਂਡ ਇਸ ਵੇਲੇ ਖਾਲਸਾ ਡੇ ਕੋਲ ਫੰਡ ਇਕੱਠਾ ਹੋਇਆ ਅਤੇ ਹੋ ਹੀ ਜਾਂਦਾ। ਹੁਣ ਮੈਨੂੰ ਫੋਨ ਆ ਜਾਂਦੇ ਆ ਇੱਥੇ ਗੁਰਦੁਆਰਾ ਸਾਹਿਬ ਤੋਂ, ਕਈ ਉਹਨੇ ਪਲੱਜ ਦਿੱਤੀ ਮੈਨੂੰ ਲੈਸਟਰ ਗੁਰੂ ਤੇਗ ਬਹਾਦਰ ਹੋਣਾ ਨੇ ਗੁਰਦੁਆਰਾ ਸਾਹਿਬ ਨੇ 11,000 ਦਾ, ਉਹ ਵੀ ਵਿਚ ਆ ਜਾਣਾ ਥੋੜ੍ਹੇ ਚਿਰ ਨੂੰ। ਹੋਰ ਵੀ ਗੁਰਦੁਆਰੇ ਵਿੱਚ ਸੇਵਾ ਪਾ ਰਹੇ ਆ UK ਦੇ ਵਿੱਚ, ਉਹ ਤੁਸੀਂ ਤੁਹਾਨੂੰ ਜਦੋਂ ਸਾਨੂੰ ਚੈੱਕ ਸਾਡੀ ਬੈਂਕ ਜਮ੍ਹਾਂ ਹੋ ਗਿਆ ਤੁਹਾਨੂੰ ਦੱਸਵਾਂਗੇ। ਮੇਰੇ ਖਿਆਲ 10,000 ਪਾਉਂਡ ਉਹ ਜਮ੍ਹਾਂ ਹੋ ਗਿਆ, ਮੈਂ ਕਹਿ ਤਾ ਤੁਹਾਨੂੰ ਮੈਂ ਭਾਈ 10-15 ਜਿਹੜਾ ਇਸ ਵੇਲੇ ਆਇਆ। ਕਈ ਗੁਰਦੁਆਰੇ ਸਾਹਿਬ ਜਿਹੜੇ ਨਿੱਕੇ ਨਿੱਕੇ ਚੈੱਕ ਭੇਜੇ ਆ, ਕੋਈ 1,000 ਕੋਈ 2,500 ਜਾਂ 3,000, ਕਈ ਗੁਰਦੁਆਰੇ ਸਾਹਿਬ ਹੈਗੇ 5,000-10,000-20,000 ਭੇਜਣਾ ਚਾਹੁੰਦੇ ਆ, ਪਰ ਉਹ ਵੀ ਅਸੀਂ ਲਿਖੀ ਜਾਵਾਂਗੇ। ਫਿਰ ਤੁਹਾਨੂੰ ਅਸੀਂ ਸਾਰੀ ਲਿਸਟ ਵੀ ਦੇਵਾਂਗੇ ਕਿਹੜੇ ਗੁਰਦੁਆਰੇ ਨੇ ਯੂਰਪ, ਅਮੈਰੀਕਾ, ਕਨੇਡਾ, ਆਸਟ੍ਰੇਲੀਆ ਅਤੇ UK ਵਿੱਚ ਅਤੇ ਯੂਰਪ ਕਿਹਨਾਂ ਨੇ ਮਾਇਆ ਭੇਜੀ ਆ। ਜਿਹੜਾ ਵਾਅਦਾ ਅਸੀਂ ਤੁਹਾਨੂੰ ਕੀਤਾ ਤੁਹਾਡੇ ਨਾਲ ਅਸੀਂ ਦੱਸਾਂਗੇ ਇਕੱਲੀ ਇਕੱਲੀ ਚੀਜ਼। ਹੁਣ 9,00,000 ਪਾਉਂਡ ਇਕੱਠਾ ਹੋ ਗਿਆ ਪੰਜਾਬ ਦੇ ਹੜ੍ਹ ਲਈ, ਮੇਰਾ ਤਾਂ ਖਿਆਲ ਆ ਹੁਣ ਇਹ ਜਿਹੜਾ ਫੰਡ ਆ 1,000,000 ਪਾਉਂਡ ਹੋ ਜਾਣਾ, ਮੇਰਾ ਖਿਆਲ ਆਪਣਾ ਖਿਆਲ ਆ। ਜਦੋਂ ਗੁਰਦੁਆਰੇ ਨੂੰ ਦੋਨੇਟ ਕਰਤੇ ਇੱਧਰੋਂ ਵੀ ਕਨੇਡਾ ਤੋਂ ਵੀ, ਘੱਟ ਤੋਂ ਘੱਟ ਮੇਰਾ ਖਿਆਲ 1-2 ਹਫ਼ਤੇ ਵਿੱਚ ਇੱਕ 1,000,000 ਪਾਉਂਡ ਭੇਜਣਾ ਪੈਸਾ ਕਿਸੇ ਪ੍ਰੋਜੈਕਟ ਲਈ ਅਸੀਂ
ਫੰਡ ਰੇਜ਼ ਕਦੀ ਕੀਤਾ ਨੀਗਾ। ਪਹਿਲੀ ਵਾਰੀ ਇਹ ਇੰਨੀ ਮਾਇਆ ਫੰਡ ਰੇਜ਼ ਕੀਤੀ ਗਈ ਆ ਸਾਡੇ ਖਾਲਸਾ ਐਡ ਲਈ, ਇੱਕ ਪ੍ਰੋਜੈਕਟ ਲਈ। ਸੋ ਹੁਣ ਸਾਡਾ ਫਰਜ਼ ਬਣਦਾ ਇਹ ਕਿੱਦਾਂ ਖਰਚਣਾ, ਅਤੇ ਪੰਜਾਬ ਦੇ ਲੋਕ ਜਿਹੜੇ ਹੜ੍ਹ 'ਚ ਸਾਰਾ ਗਵਾ ਬੈਠੇ ਆ, ਸਾਰਾ ਨੁਕਸਾਨ ਇੰਨਾ ਕਿੰਨਾ ਹੋਇਆ, ਅਤੇ ਜਿਹੜੀ ਸੇਵਾ ਸਾਨੂੰ ਮਿਲੀ ਆ 20 ਸਾਲ ਵਜੇ ਆਪਣੇ ਪੰਜਾਬ ਲਈ, ਭਈ ਹੁਣ ਭਈ ਸੇਵਾ ਕਰੋ ਜਾ ਕੇ, ਇਹ ਸਾਡੇ ਲਈ ਅਸੀਂ ਬੜਾ ਮਹਿਸੂਸ ਕਰਦੇ ਭਈ ਇੱਕ ਤਰ੍ਹਾਂ ਦਾ ਸਾਡਾ ਇਹ ਹੁਣ ਕਹੋ ਕੀ ਕਹਿੰਦੇ ਹੁੰਦੇ ਆ ਜ਼ਿੰਮੇਵਾਰੀ ਸਾਡੇ ਉੱਪਰ ਪਾਈ ਗਈ ਆ ਭਈ ਜਦੋਂ ਪੰਜਾਬ ਨੂੰ ਲੋੜ ਪਈ ਆ ਤਾਂ ਖਾਲਸਾ ਐਡ ਕਿੱਥੇ ਆ। ਹੁਣ ਤੁਹਾਨੂੰ ਦੱਸ ਦਿੱਤਾ ਭਈ ਖਾਲਸਾ ਐਡ ਡਟ ਕੇ ਤੁਹਾਨੂੰ ਖੜ੍ਹੇ ਆ, ਖਾਲਸਾ ਦੇ ਕਿੰਨੇ ਪੈਸੇ ਆਏ ਆ ਸੰਗਤ ਵੱਲੋਂ, ਕਿੰਨੇ ਅਸੀਂ ਪ੍ਰੋਜੈਕਟ ਕਰੇ, ਕਿੰਨੇ ਵੀ ਹੋਰ ਸ਼ਾਇਦ ਆ ਸਕਦੇ ਆ। ਅਸੀਂ ਇਹ ਨਹੀਂ ਸ਼ਾਇਦ ਕੋਈ ਕਿਸਨੇ ਪਾਏ ਹੋ ਗਏ 20 ਪਾਉਂਡ 50 ਪਾਉਂਡ 100 ਪਾਉਂਡ, ਜਿਹੜਾ ਲਿਖਿਆ ਨਹੀਂ ਪੰਜਾਬ ਹੜ੍ਹ ਦਾ, ਪਰ ਅਸੀਂ ਉਹ ਪਹਿਲਾਂ ਹੀ ਪਾਤਾ ਆਪਣੇ ਵੱਲੋਂ 1.5 ਲੱਖ ਇੱਦਾਂ ਦੇ। ਅਤੇ ਇਹ ਨਹੀਂ ਵੀ ਕਿਹਾ ਭਈ ਕਿਸੇ ਚਲੋ ਭਈ ਚਲੋ ਕਿਸੇ ਨੇ 20 ਪਾਉਂਡ ਪਾਤੇ, $40 ਪਾਤੇ, ਪਰ ਲਿਖਿਆ ਨਹੀਂਗਾ ਪੰਜਾਬ ਪਲੱਸ, ਪਰ ਅਸੀਂ ਆਪਣੇ ਵੱਲੋਂ ਪਹਿਲਾਂ ਹੀ 1.5 ਲੱਖ ਕਹਿਤਾ ਸੀਗਾ, ਉਹ ਕਵਰ ਕਰਤਾ ਸਾਰਾ ਕੁਛ, ਉਹ ਤੋਂ ਜ਼ਿਆਦਾ ਕਵਰ ਕਰਤਾ। ਸੋ ਪਹਿਲੀ ਵਾਰੀ ਹਿਸਟਰੀ ਵਿੱਚ ਮੇਰਾ ਖਿਆਲ ਅਸੀਂ ਪਹੁੰਚਾਂਗੇ 1 ਮਿਲੀਅਨ ਪਾਉਂਡ ਇੱਕ ਪ੍ਰੋਜੈਕਟ ਲਈ, ਜਿਹੜਾ ਆਪਣੇ ਪੰਜਾਬ ਲਈ, ਜਿਹੜੀਆਂ ਪੰਜਾਬੀਆਂ ਦੀਆਂ ਆਸਾਂ ਪੂਰੀਆਂ ਕਰਨੀਆਂ। ਹੁਣ ਬਾਹਰੋਂ ਬਹਿ ਕੇ ਜਿਹੜੇ NRI ਕਹਿੰਦੇ ਆ, ਅਸੀਂ ਤਾਂ NRP ਕਹਿੰਦੇ ਹਾਂ, ਨਾਨ ਰੈਜ਼ੀਡੈਂਟ ਪੰਜਾਬੀਸ, ਉਹਨਾਂ ਨੇ ਪੰਜਾਬੀਆਂ ਨੇ ਬਾਹਰ ਇੱਦਾਂ ਦਿਖਾਲਤਾ ਦੁਨੀਆਂ ਨੂੰ ਭਈ ਜਦੋਂ ਪੰਜਾਬ 'ਚ ਹੜ੍ਹ ਆਇਆ, ਅਸੀਂ ਇਹ ਨਹੀਂ ਭਈ 1-2-3 ਲੱਖ 4 ਲੱਖ, ਅਤੇ ਹੁਣ ਸਾਡੇ ਕੋਲ ਖਾਲਸ ਇਕੱਲੇ ਖਾਲਸਾ ਐਡ ਕੋਲ, ਬਾਕੀ ਸੰਸਥਾ ਵੀ ਇਕੱਠੇ ਹੋਏ ਆ, ਉਹਨਾਂ ਦਾ ਆਪਣਾ ਹਿਸਾਬ ਹੋਊਗਾ। ਸਾਡਾ ਇਸ ਵੇਲੇ ਘੱਟ ਤੋਂ ਘੱਟ 9 ਲੱਖ ਇਕੱਠਾ ਹੋਇਆ। ਸਾਨੂੰ ਕਿਸੇ ਨੇ ਇੱਥੇ UK ਵਿੱਚ ਖੁੱਲ੍ਹੀ ਛੁੱਟੀ ਦਿੱਤੀ, ਮੀਡੀਆ ਨੇ ਸਾਨੂੰ ਮਸ਼ਹੂਰੀ ਕਰਨ ਦੀ ਭਈ ਪੰਜਾਬ ਦੇ ਵਿੱਚ ਜਾ ਕੇ ਅਸੀਂ ਦਿਨ ਦਿਹਾੜੀ ਜਾ ਕੇ TV 'ਤੇ ਰੇਡੀਓ 'ਤੇ ਜਾ ਕੇ ਅਪੀਲਾਂ ਕਰੀਏ। ਸਾਨੂੰ ਇੱਕ ਪਲੈਟਫਾਰਮ ਸੀਗਾ KTV ਵਾਲਿਆਂ ਨੇ, ਉਹਨੂੰ ਸਾਨੂੰ ਸ਼ੋਅ ਕਰਨ ਦਾ ਦਿੱਤਾ ਸੀਗਾ, ਧੰਨਵਾਦੀ ਹਾਂ ਅਸੀਂ, ਪਰ ਬਾਕੀ ਸਾਨੂੰ ਮੀਡੀਆ ਜਦੋਂ ਦੇਖ ਕੇ ਸੜ ਜਾਂਦੇ ਆ। ਸੋ ਅਸੀਂ ਤੁਹਾਨੂੰ ਸਿੱਧੀ ਹਿਸਾਬ ਦੇ ਰਹੇ ਹਾਂ ਕਿ ਤੁਸੀਂ ਸਾਡੇ ਮੀਡੀਆ 'ਤੇ ਸੋਸ਼ਲ ਮੀਡੀਆ 'ਤੇ ਆਏ ਹਾਂ, ਦੇਖੋ ਕਿੰਨੀ ਸੰਗਤ ਕਿੰਨੀ ਦਿਆਲੂ ਆ, ਅਤੇ ਇਹਦੇ ਵਿੱਚ ਬਹੁਤ ਵੱਡਾ ਸੁਨੇਹਾ ਸਾਨੂੰ ਮਿਲਿਆ, ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਆ ਕਿ ਅਸੀਂ ਖਾਲਸਾ ਐਡ ਨੂੰ ਬਿਲਕੁਲ ਖਾਲਸਾ ਐਡ ਉੱਪਰ ਯਕੀਨ ਕਰਦੇ ਹਾਂ, ਤੁਹਾਡੇ ਟੀਮ ਉੱਪਰ ਯਕੀਨ ਕਰਦੇ ਹਾਂ। ਤੁਹਾਨੂੰ ਅਸੀਂ ਜ਼ਿੰਮੇਵਾਰੀ ਦਿੰਦੇ ਕੌਮ ਵੱਲੋਂ ਭਈ ਤੁਸੀਂ ਮੋਹਰੇ ਡਟ ਕੇ ਸੇਵਾ ਕਰੋ ਪੰਜਾਬ ਦੀ। ਕਈ ਗੁਰਦੁਆਰੇ UK ਵਿੱਚ ਹੈਗੇ ਇਸ ਵੇਲੇ ਜਿਹੜੇ ਸ਼ਾਇਦ ਨਹੀਂ ਕੀਤਾ ਡੋਨੇਟ, ਤਾਂ ਪੈਸੇ ਇਕੱਠੇ ਕਰ ਰਹੇ ਆ, ਉਹ ਵੀ ਸ਼ਾਇਦ ਖਾਲਸਾ ਡੋਨੇਸ਼ਨ ਕਰੂਗੇ, ਵਧੀਆ ਹੋ ਜਾਵੇਗਾ, ਅਸੀਂ ਐਡ ਕਰ ਦੇਵਾਂਗੇ। ਅਤੇ ਮੈਂ ਉਹੀ ਕਹਿੰਦਾ ਵੀ ਚਲੋ 1 ਮਿਲੀਅਨ ਦਾ ਹੁਣ ਬੈਰੀਅਰ ਤੋੜ ਦੇਈਏ, ਕਿਉਂਕਿ ਹੁਣ ਇਹ ਤਾਂ ਰੈਕੋਰਡ ਬ੍ਰੇਕਿੰਗ 9 ਲੱਖ, ਅਸੀਂ ਕਦੀ ਕਿਸੇ ਇਕੱਲੇ ਪ੍ਰੋਜੈਕਟ ਲਈ ਫੰਡ ਰੇਜ਼ ਨਹੀਂ ਕੀਤਾ ਕਦੀ ਵੀ। ਪਰ ਤੁਹਾਨੂੰ ਜਿਹੜਾ ਵਾਅਦਾ ਕੀਤਾ ਸੀ ਅਸੀਂ ਭਈ ਇਕੱਲੀ ਇਕੱਲੀ ਪੈਨੀ ਦਾ ਲਿਖਾਂਗੇ ਇੱਥੇ ਭਈ ਕਿੰਨਾ ਪੈਸਾ ਆਇਆ, ਅਤੇ ਉਹਦੇ ਵਿੱਚ ਉਹ ਫਿਰ ਉਹੀ ਗੱਲ ਆ ਜਾਂਦੀ ਆ ਭਈ ਜੇ ਅਸੀਂ ਲੁਕੋਵੇਂ ਹੁਣ ਲੁਕੋ ਸਕਦੇ ਸੀਗੇ ਭਈ ਨਹੀਂ ਜੀ 9 ਲੱਖ ਨਹੀਂ ਹੋਇਆ, 2 ਲੱਖ ਹੋਇਆ, 1 ਲੱਖ ਹੋਇਆ। ਹੁਣ ਜਿਹੜੇ ਭਈ ਅਸੀਂ 550 ਸਾਲਾਂ ਮਨਾਉਣਾ ਗੁਰੂ ਨਾਨਕ ਦੇਵ ਜੀ ਦਾ, ਇਹਦੇ ਵਿੱਚ ਜਿਹੜੇ ਭਈ ਆਪਣੇ ਪੰਜਾਬੀ ਭੈਣ ਭਰਾ ਇਸ ਵੇਲੇ ਮੁਸੀਬਤ ਬੈਠੇ ਆ, ਉਹਨਾਂ ਨੂੰ ਤੁਸੀਂ ਚੱਕੋ, ਆਪਣੇ ਗੁਰਦੁਆਰਾ ਸਾਹਿਬ ਨੂੰ, ਆਪਣੇ ਪ੍ਰਬੰਧਕ ਕਮੇਟੀਆਂ ਨੂੰ ਪੁੱਛੋ ਭਈ ਇੱਦਾਂ ਮਨਾਈਏ 550 ਜਿਹੜਾ ਸਾਲਾ, ਭਈ ਕੁਛ ਉਹਨਾਂ ਗਰੀਬਾਂ ਲਈ ਕਰੀਏ ਜੇ ਗੁਰੂ ਨਾਨਕ ਦੇਵ ਜੀ ਅੱਜ ਇੱਥੇ ਹੁੰਦੇ ਸਾਡੇ ਵਿੱਚ ਖੜ੍ਹੇ ਸਾਡੇ ਸਾਹਮਣੇ।
ਅਤੇ ਉਹ ਕੀ ਕਹਿੰਦੇ ਵੀ ਤੁਸੀਂ ਜਾ ਕੇ 2 ਲੱਖ ਨਗਰ ਕੀਰਤਨ 'ਚ ਲਾਉਣਾ ਅਤੇ 2 ਲੱਖ ਜਾ ਕੇ ਤੁਸੀਂ ਨਹੀਂ ਤਾਂ ਆਪੇ ਹੀ ਡਾਇਰੈਕਟਲੀ ਜਾਓ ਉੱਥੇ ਲਾਓ ਜਿੱਥੇ ਮੁਸੀਬਤਾਂ ਆਈਆਂ। ਸੋ ਅਸੀਂ ਨਹੀਂ ਕਹਿੰਦੇ ਸਾਨੂੰ ਪੈਸੇ ਦਿਓ। ਗੁਰਦੁਆਰੇ ਸਾਹਿਬ ਵਿੱਚ ਇਕੱਲੇ ਇਕੱਲੇ ਗੁਰਦੁਆਰੇ ਪੜ੍ਹੇ ਲਿਖੇ ਪ੍ਰਬੰਧਕ ਹੈਗੇ ਆ, ਉਹ ਆਪ ਜਾ ਕੇ ਕਰ ਸਕਦੇ ਆ। ਸਾਡਾ ਜਿਹੜਾ ਐਕਸਪੀਰੀਅੰਸ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ, 20 ਸਾਲ ਦਾ ਫਰੰਟ ਲਾਈਨ। ਸੋ ਅਸੀਂ ਵੀ ਤੁਹਾਨੂੰ ਫਿਰ ਮੇਰੇ ਖਿਆਲ 1-2 ਹਫ਼ਤੇ ਵਿੱਚ ਇੱਕ ਦੋ ਨਵੀਂ ਟੀਮ ਵੀ ਸੈਟਅਪ ਹੋ ਗਈ ਸਾਡੀ, ਇਹ ਪੈਸਾ ਕਿੱਦਾਂ ਖਰਚਣਾ, ਕਿਉਂਕਿ ਪੈਸਾ ਇਕੱਠਾ ਕਰਨਾ ਬਹੁਤ ਸੌਖਾ, ਚੰਗੀ ਤਰ੍ਹਾਂ ਖਰਚਣਾ ਬਹੁਤ ਔਖਾ। ਇਹ ਲਈ ਸਾਨੂੰ 1-2 ਬੰਦੇ ਸ਼ਾਇਦ ਐਕਸਪਰਟ ਵੀ ਚਾਹੀਦੇ ਹੋਣੇ ਵੀ ਸਾਰਾ ਅਕਾਊਂਟ ਕਿੱਦਾਂ ਰੱਖਣਾ, ਕਿੱਦਾਂ ਪੈਸਾ ਹਿਸਾਬ ਕਿਤਾਬ ਕਿੱਦਾਂ ਦੇਣਾ, ਕਿਉਂਕਿ ਤੁਹਾਨੂੰ ਪਤਾ ਸਾਡੇ ਖਿਲਾਫ਼ ਹੋਰ ਨਹੀਂ ਕੋਈ ਆਪਣੇ ਬੰਦੇ ਆ, ਸਾਡੇ ਖਿਲਾਫ਼ ਝੂਠ ਵੀਡੀਓ ਪਾਉਣੇ, ਸਾਡੇ ਖਿਲਾਫ਼ ਝੂਠ ਪੋਸਟ ਪਾਉਣੇ, ਸਾਡੇ ਖਿਲਾਫ਼ ਐਵੇਂ ਬਸ ਸਾਡੇ ਛੁਰੀਆਂ ਮਾਰੀ ਜਾਣੀਆਂ। ਸੋ ਉਹ ਤੁਹਾਨੂੰ ਪਤਾ ਹੁਣ ਸਾਨੂੰ ਉਹਨਾਂ ਤੋਂ ਆਦਤ ਪੈ ਗਈ ਆ, ਪਰ ਸਾਡੀ ਜਿਹੜੀ ਆਦਤ ਆ ਅਸੀਂ ਬਸ ਮੋਹਰੇ ਹੀ ਜਾਈ ਜਾਣਾ, ਕਿਉਂਕਿ ਤੁਸੀਂ ਸਾਡੇ ਨਾਲ ਆ, ਸੰਗ ਸਾਡੇ ਨਾਲ ਆ, ਗੁਰੂ ਸਾਡੇ ਨਾਲ। ਸੋ ਥੈਂਕ ਯੂ ਤੁਹਾਡੇ ਸਮੇਂ ਦਾ। ਸੋ ਮੈਂ ਮੁੜ ਕੇ ਫਿਰ ਕਹਿੰਦਾ ਘੱਟ ਤੋਂ ਘੱਟ £9 ਲੱਖ ਉਹ ਕਨੇਡਾ, ਅਮਰੀਕਾ, ਯੂਰਪ, ਆਸਟ੍ਰੇਲੀਆ, UK ਪਾ ਕੇ, ਸਾਡੇ ਵੱਲੋਂ ਪਾ ਕੇ, ਤੁਹਾਡੇ ਵੱਲੋਂ ਪਾ ਕੇ ਘੱਟ ਤੋਂ ਘੱਟ £9 ਲੱਖ ਇਸ ਵੇਲੇ ਇਕੱਠਾ ਹੋਇਆ। ਤੁਸੀਂ ਵੀਡੀਓ ਸਾਡੀ ਸ਼ੇਅਰ ਕਰੋ, ਦੱਸੋ ਦੁਨੀਆਂ ਨੂੰ ਕੀ ਕਰ ਰਹੇ, ਸਾਡੀ ਲਿੰਕ ਸ਼ੇਅਰ ਕਰੋ ਉੱਪਰ ਜਨਰੇਸ਼ਨ ਦੀ, ਜਿੰਨਾ ਆਈ ਜਾਂਦਾ ਅਸੀਂ ਉਹਨਾਂ ਪੰਜਾਬ ਦੇਵਾਂਗੇ। ਸਾਡੀ ਆਖਰੀ ਮੈਸੇਜ ਮੇਰਾ ਹੈਗਾ, ਸਾਡੀ ਜਿਹੜੇ ਵੋਲੰਟੀਅਰ ਮੋਹਰੇ ਹੋ ਕੇ ਸੇਵਾ ਲੱਗੇ ਹੋ ਦਿਨ ਦਿਹਾੜੀ, ਸਾਡੇ ਪੰਜਾਬ ਦੀ ਟੀਮ ਆ, ਸਾਡੇ ਪੰਜਾਬ ਦੇ ਵੋਲੰਟੀਅਰਸ ਆ, ਦਿਨ ਦਿਹਾੜੀ ਪਹਿਲੇ ਦਿਨ ਤੋਂ ਪਾਣੀ 'ਚ ਚਿੱਕੜ 'ਚ ਮੋਹਰੇ ਹੋ ਕੇ ਸੇਵਾ ਕਰ ਰਹੇ ਆ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਜਿਹੜੇ ਸਾਡੇ ਸੇਵਾਦਾਰ ਆ, ਸਾਡੇ ਵੋਲੰਟੀਅਰ ਆ, ਵੋਲੰਟੀਅਰ ਆ, ਉਹ ਸਾਡੇ ਰੀੜ੍ਹ ਦੀ ਹੱਡੀ ਆ, ਉਹਨਾਂ ਤੋਂ ਬਗੈਰ ਅਸੀਂ ਕੁਛ ਨਹੀਂ ਕਰ ਸਕਦੇ। ਸੋ ਸਾਡੇ ਵੱਲੋਂ ਇਕੱਲੇ ਵੋਲੰਟੀਅਰ ਨੂੰ, ਸੇਵਾਦਾਰ ਨੂੰ ਤਹਿ ਦਿਲੋਂ ਧੰਨਵਾਦ, ਅਤੇ ਤੁਹਾਡੇ ਸਪੋਰਟ ਦਾ ਧੰਨਵਾਦ, ਥੈਂਕ ਯੂ। ਐਂਡ ਤੁਹਾਨੂੰ ਫਿਰ ਅਪਡੇਟ ਦੇਵਾਂਗੇ ਸ਼ਾਇਦ 2-3 ਦਿਨ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦਾ ਹੁਣ ਸਾਰਿਆਂ ਦਾ ਮੂੰਹ ਬੰਦ ਹੋ ਗਿਆ ਹੋਣਾ, ਜਿਹੜੇ ਕਹਿੰਦੇ ਨੇ ਕਿ ਖਾਲਸਾ ਐਡ ਕਿਸ ਤਰੀਕੇ ਨਾਲ ਕੰਮ ਕਰਦੀਆਂ ਜਾਂ ਫੰਡ ਖਾਧੇ ਜਾਂਦੇ ਨੇ, ਫੰਡ ਇੱਧਰ ਉੱਧਰ ਕੀਤੇ ਜਾਂਦੇ ਨੇ, ਅਸਲ ਦੇ ਵਿੱਚ ਜਿਹੜੇ ਇਲਜ਼ਾਮ ਲਗਾਉਂਦੇ ਨੇ ਉਹਨਾਂ ਦੀ ਨੀਅਤ ਦੇ ਵਿੱਚ ਖੋਟ ਹੁੰਦੀ ਹੈ, ਜਿਹਨਾਂ ਨੂੰ ਲੱਗਦਾ ਹੈ ਕਿ ਕਰੋੜਾਂ ਦੇ ਵਿੱਚ ਫੰਡ ਖਾਲਸਾ ਐਡ ਕੋਲ ਇਕੱਠੇ ਹੋ ਰਹੇ ਨੇ, ਸਾਡੇ ਕੋਲ ਇਹ ਕਿਉਂ ਨਹੀਂ ਹੋ ਸਕੇ। ਡਾਇਰੈਕਟ ਵੇ, ਇਨਡਾਇਰੈਕਟ ਵੇ, ਬਹੁਤ ਸਾਰੇ ਅਜਿਹੇ ਸੰਤ ਸਮਾਜ ਤੋਂ ਲੈ ਕੇ ਸਮਾਜ ਸੇਵੀ ਸੰਸਥਾਵਾਂ ਦੇ ਮੁਖੀ ਤੱਕ ਹੈ ਨੇ, ਜਿਹੜੇ ਮੀਡੀਆ ਦੇ ਵਿੱਚ ਇਹ ਗੱਲਾਂ ਕਰਦੇ ਹੋਏ ਨਜ਼ਰ ਆਏ ਨੇ ਕਿ ਕਿਸੇ ਇੱਕ ਬੰਦੇ ਉੱਤੇ ਭਰੋਸਾ ਕਰਕੇ ਜੇਕਰ ਸਾਰਾ ਪੈਸਾ ਉੱਧਰ ਹੀ ਤੁਸੀਂ ਦੇ ਦਿਓਗੇ ਤਾਂ ਫਿਰ ਇਸ ਦੀ ਕੀ ਗਰੰਟੀ ਹੈ ਕਿ ਸੇਵਾ ਪੂਰੀ ਤਰ੍ਹਾਂ ਨਾਲ ਹੋਏਗੀ। ਪਰ ਉਹਨਾਂ ਨੂੰ ਇੱਕ ਜਵਾਬ ਜ਼ਰੂਰ ਦੇਣਾ ਚਾਹਾਂਗੇ ਕਿ ਜੇਕਰ ਸਾਰੀ ਕੌਮ ਭਾਈ ਰਵੀ ਸਿੰਘ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੀ ਹੈ ਤਾਂ ਉਸ ਦੇ ਪਿੱਛੇ ਉਹਨਾਂ ਦੀ ਸੱਚਾਈ, ਇਮਾਨਦਾਰੀ ਅਤੇ ਦਿਨ ਰਾਤ ਦੀ ਮਿਹਨਤ ਹੈ, ਉਹਨਾਂ ਦੀ ਟੀਮ ਦੀ ਦਿਨ ਰਾਤ ਦੀ ਮਿਹਨਤ ਹੈ ਜੋ ਜ਼ਮੀਨੀ ਪੱਧਰ ਦੇ ਉੱਤੇ ਦਿਖਦੀ ਹੈ, ਕਿਉਂਕਿ ਜਿੱਥੇ ਵੀ ਉਹਨਾਂ ਨੇ ਕੰਮ ਸ਼ੁਰੂ ਕੀਤਾ ਲਗਾਤਾਰ ਉੱਥੇ ਕੰਮ ਕਰਦੇ ਰਹੇ, ਸੇਵਾਵਾਂ ਲਗਾਤਾਰ ਉੱਥੇ ਚੱਲਦੀਆਂ ਰਹੀਆਂ ਅਤੇ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਉਮਦਾ ਹੈ ਜੋ ਹਰ ਪਾਸਿਓਂ ਸਰਾਹਿਆ ਜਾਂਦਾ ਹੈ। ਪਰ ਸਾਡੀ ਆਪਣੀ ਕੌਮ 'ਚ ਅਜਿਹੇ ਨਲਾਇਕ ਬੈਠੇ ਹੋਏ ਨੇ ਜਿਹਨਾਂ ਨੂੰ ਉਹ ਚੰਗੇ ਕੰਮ ਕਰਦੇ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀਆਂ ਸੰਸਥਾਵਾਂ ਇੰਨਾ ਪੈਸਾ ਇਕੱਠਾ ਕਿਉਂ ਨਹੀਂ ਕਰ ਸਕੀਆਂ, ਕਿਉਂਕਿ ਅਗਰ ਤੁਹਾਡੀ ਨੀਅਤ 'ਚ ਖੋਟ ਹੈ ਤਾਂ ਤੁਹਾਡੇ ਖਾਤਿਆਂ ਦੇ ਵਿੱਚ ਖੋਟ ਰਹਿਣੀ ਹੀ ਰਹਿਣੀ ਹੈ। ਪਰ ਜਿਸ ਦੀ ਨੀਅਤ ਚੰਗੀ ਹੈ ਉਸਦਾ ਆਪ ਪਰਮਾਤਮਾ ਅੰਗ ਸੰਗ ਹੋ ਕੇ ਸਹਾਈ ਹੁੰਦਾ ਹੈ, ਉਸ ਨੂੰ ਆਪ ਪਰਮਾਤਮਾ ਕਿਸੇ ਚੀਜ਼ ਦੀ ਘਾਟ ਛੱਡਦਾ ਹੀ ਨਹੀਂ। ਇਸ ਲਈ ਅਸੀਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਇਹੀ ਬੇਨਤੀ ਕਰਾਂਗੇ ਕਿ ਚੰਗਿਆਂ 'ਤੇ ਉਂਗਲ ਚੱਕਣ ਵਾਲੇ ਬਹੁਤ ਆਉਂਦੇ ਨੇ। ਘਟੀਆ ਵਿਰਤੀ ਨੇ ਤਾਂ ਗੁਰੂਆਂ ਨੂੰ ਵੀ ਨਾਸੀ ਬਖਸ਼ਿਆ। ਜੇ ਅੱਜ ਚੰਗੀ ਨੀਅਤ ਨਾਲ ਕੋਈ ਤੁਰਿਆ ਹੈ ਕੌਮ ਲਈ, ਸਾਡਾ ਫਰਜ਼ ਬਣਦਾ ਹੈ ਉਸਦਾ ਸਾਥ ਦਈਏ, ਅਤੇ ਜਿਹੜੇ ਉਂਗਲ ਚੱਕਦੇ ਨੇ ਅਜਿਹੇ ਸਿੰਘ 'ਤੇ ਉਸਨੂੰ ਮੂੰਹ ਤੋੜ ਕੇ ਜਵਾਬ ਦਈਏ।
ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।